ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਮੈਂ ਤੁਹਾਡਾ ਆਪਣਾ ਬੱਬਲ ਰਾਏ ਅਤੇ ਤੁਸੀਂ ਮੈਨੂੰ ਦੇਖ ਰਹੇ ਹੋ ਲਾਈਵ ਸਪੀਡ ਦੇ ਯੂਟਿਊਬ ਚੈਨਲ ਦੇ ਉੱਤੇ। ਸੋ ਜਿੰਨੇ ਵੀ ਜਾਣੇ ਇਸ ਟਾਈਮ ਲਾਈਵ ਤੁਸੀਂ ਦੇਖ ਰਹੇ ਹੋ, ਸਾਰਿਆਂ ਨੂੰ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਵਾਰੀ ਫਿਰ ਤੋਂ। ਅਤੇ ਤੁਸੀਂ ਕਮੈਂਟ ਕਰ ਸਕਦੇ ਹੋ, ਕੋਈ ਤੁਹਾਡਾ ਕੁਐਸਚਨ ਆ ਉਹ ਪੁੱਛ ਸਕਦੇ ਹੋ। ਸੋ ਆ ਜਾਓ ਆਪਾਂ ਗੱਲਾਂ ਬਾਤਾਂ ਕਰੀਏ। ਅਤੇ ਜਿਹੜਾ ਮੇਨ ਪਰਪਸ ਹੈਗਾ ਅੱਜ ਲਾਈਵ ਹੋਣ ਦਾ ਉਹ ਇਹ ਸੀਗਾ ਕਿ ਮੇਰਾ ਗਾਣਾ ਆ ਰਿਹਾ ਜੀ 27 ਅਕਤੂਬਰ ਨੂੰ ਸ਼ਾਮ ਨੂੰ 6 ਵਜੇ ਅਸੀਂ ਪਾਵਾਂਗੇ ਉਹਨੂੰ ਯੂਟਿਊਬ ਚੈਨਲ 'ਤੇ, ਸਪੀਡ ਰਿਕਾਰਡ ਦੇ ਜਿਹੜਾ ਯੂਟਿਊਬ ਚੈਨਲ ਹੈ। ਅਤੇ ਗਾਣੇ ਦਾ ਨਾਮ ਹੈਗਾ ਰੋਂਦੀ ਤੇਰੇ ਲਈ, ਅਤੇ ਬਹੁਤ ਸੋਹਣਾ ਗਾਣਾ, ਮਤਲਬ ਮੈਨੂੰ ਪਰਸਨਲ ਫੇਵਰੇਟ ਆ। ਕਈ ਚੀਜ਼ਾਂ ਇੱਦਾਂ ਦੀ ਹੁੰਦੀਆਂ ਜਿਹੜੀਆਂ ਬਣ ਜਾਂਦੀਆਂ ਕਿ ਤੁਹਾਨੂੰ ਖੁਦ ਨੂੰ ਬਹੁਤ ਪਸੰਦ ਹੁੰਦੀਆਂ। ਸੋ ਇਹ ਗਾਣਾ ਮੇਰੇ ਦਿਲ ਦੇ ਬਹੁਤ ਨੇੜੇ ਆ, ਅਤੇ ਇਹਨੂੰ ਲਿਖਿਆ ਪ੍ਰੀਤ ਹੁੰਦਲ ਨੇ, ਅਤੇ ਇਹਦਾ ਮਿਊਜ਼ਿਕ ਪ੍ਰੀਤ ਹੁੰਦਲ ਨੇ ਕੀਤਾ, ਅਤੇ ਇਹਦਾ ਵੀਡੀਓ ਹੈ ਜਿਹੜਾ ਅਸੀਂ ਸਿਡਨੀ ਦੇ ਵਿੱਚ ਸ਼ੂਟ ਕੀਤਾ, ਪੈਪ ਧਾਰੀਆਂ ਨੇ ਵੀਡੀਓ ਨੂੰ ਡਾਇਰੈਕਟ ਕੀਤਾ, ਅਤੇ ਰੁਬੀਨਾ ਬਾਜਵਾ ਬਹੁਤ ਖੂਬਸੂਰਤ ਅਤੇ ਬਹੁਤ ਸੋਹਣੀ ਐਕਟਰੈਸ ਹੈਗੀ ਹੈ ਅਤੇ ਮੇਰੀ ਬਹੁਤ ਅੱਛੀ ਫਰੈਂਡ ਹੈ। ਸੋ ਉਹਨੇ ਫੀਚਰ ਕੀਤਾ ਇਹਦੇ ਵਿੱਚ ਅਤੇ ਬਹੁਤ ਸੋਹਣਾ ਐਕਟ ਕੀਤਾ, ਕਿਉਂਕਿ ਗਾਣਾ ਕੁੜੀ ਦਾ ਸੀਗਾ। ਸੋ ਸਾਨੂੰ ਸੀਗਾ ਕਿ ਚੰਗੀ ਐਕਟਰੈਸ ਹੋਣੀ ਚਾਹੀਦੀ ਆ। ਸੋ ਰੁਬੀਨਾ ਨੇ ਬਹੁਤ ਸੋਹਣਾ ਕੰਮ ਕੀਤਾ। ਆਈ ਹੋਪ ਤੁਹਾਨੂੰ ਸਾਰਿਆਂ ਨੂੰ ਗਾਣਾ, ਵੀਡੀਓ, ਸਾਰਾ ਕੁਛ ਬਹੁਤ ਵਧੀਆ ਲੱਗੂਗਾ, ਪਸੰਦ ਆਊਗਾ। ਅਤੇ ਥੋੜ੍ਹੀ ਦੇਰ ਤੱਕ ਤੁਹਾਡੇ ਲਈ ਸਰਪ੍ਰਾਈਜ਼ ਅੱਜ ਰੱਖਿਆ ਸੀਗਾ। ਵੈਸੇ ਚਲੋ ਮੈਂ ਦੱਸ ਦਿੰਦਾ ਹੁਣ ਕਿ ਟੀਜ਼ਰ ਦਾ ਅਸੀਂ ਪਾਉਣਾ 1.5 ਘੰਟੇ ਤੱਕ। ਪੈਬ ਨੇ ਬਸ ਉੱਧਰ ਅਪਲੋਡਿੰਗ 'ਤੇ ਲਾਇਆ ਹੋਇਆ, ਮੈਨੂੰ ਭੇਜੂਗਾ, ਅਤੇ ਫਿਰ ਨਾਲ ਹੀ ਆਪਾਂ ਉਹ ਜਿਹੜਾ ਹੈਗਾ ਲਾਈਵ ਕਰ ਦੇਣਾ। ਤੁਹਾਡੇ ਕਮੈਂਟਸ ਆਉਣੇ ਸ਼ੁਰੂ ਹੋ ਗਏ ਜੀ, ਬਹੁਤ ਆ ਰਹੇ, ਇੱਕਦਮ ਪੜ੍ਹੇ ਜਾ ਰਹੇ ਮੈਥੋਂ। ਸਵਾਤੀ ਗੁਪਤਾ, ਹਾਂਜੀ ਸਵਾਤੀ ਜੀ, ਹੈਲੋ। ਜਗਤਾਰ ਬਰਾੜ ਜੀ, ਹੈਲੋ, ਯੂ ਆਰ ਟੂ ਗੁੱਡ ਮੈਨ, ਥੈਂਕ ਯੂ ਜੀ। ਲੋਰੈਂਸ, ਅੱਛੀ ਬਾਤ ਹੈ ਸਰ ਜੀ, ਹਾਂਜੀ, ਥੈਂਕ ਯੂ ਜੀ। ਕੌਣ ਸੀ ਬਾਤ ਅੱਛੀ ਇਹ ਵੀ ਬਤਾ ਦੇਣਾ। ਸੋ ਇੱਕਾ, ਮੋਹਿਤ ਬੇਦੀ, ਤਰਨ ਕੁਮਾਰ ਰਾਣਾ, ਹਾਂਜੀ, ਸਾਰੇ ਜਿਨ੍ਹਾਂ ਨੇ ਵੀ ਹੈਲੋ ਲਿਖਿਆ ਉਹਨਾਂ ਨੂੰ ਮੇਰੇ ਵੱਲੋਂ ਹੈਲੋ, ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਰਾਮ ਰਾਮ ਵੀਰੇ ਲਿਖਿਆ ਇੱਕ ਨੇ, ਤੋ ਰਾਮ ਰਾਮ ਬਾਈ। ਹੈਲੋ ਬੱਬਲ ਬਰੋ, ਕੀ ਹਾਲ ਚਾਲ? ਦੀਪ ਖੋਸਾ ਜੀ, ਮੈਂ ਵਧੀਆ ਵੀਰੇ, ਠੀਕ ਠਾਕ ਹੈ ਜੀ। ਬਸ ਹੁਣ ਗਾਣੇ ਦੀ ਪ੍ਰਮੋਸ਼ਨ ਸ਼ੁਰੂ ਕੀਤੀ ਅੱਜ ਤੋਂ, 3 ਦਿਨ ਰਹਿ ਗਏ ਸਿਰਫ ਆਉਣ ਦੇ ਵਿੱਚ। ਤੋ ਮੈਨੂੰ ਸੀਗਾ ਇਸ ਵਾਰੀ ਥੋੜ੍ਹਾ ਜਿਹਾ ਲੇਟ ਸ਼ੁਰੂ ਕੀਤੀ ਪ੍ਰਮੋਸ਼ਨ, ਇਸ ਕਰਕੇ ਕਿਉਂਕਿ ਆਪਾਂ ਸਾਰੇ ਬਹੁਤ ਬਿਜ਼ੀ ਰਹਿੰਦੇ ਹਾਂ ਲਾਈਫ ਦੇ ਵਿੱਚ, ਤੁਸੀਂ ਸਾਰੇ ਬਹੁਤ ਬਿਜ਼ੀ ਹੁੰਦੇ ਹੋ, ਗਾਣੇ ਇੰਨੇ ਆਉਂਦੇ ਆ ਹਰ ਰੋਜ਼ ਕਿ ਤੁਸੀਂ ਭੁੱਲ ਜਾਂਦੇ ਹੋ ਨਾ, ਮੈਨੂੰ ਲੱਗਦਾ। ਸੋ ਮੈਨੂੰ ਸੀਗਾ ਕਿ ਨੇੜੇ ਜਾ ਕੇ ਯਾਦ ਕਰਾਊਂਗਾ ਕਿ ਯਾਰ ਪਰਸੋਂ ਨੂੰ ਗਾਣਾ ਆਉਣਾ ਮੇਰਾ। ਸੋ 3 ਦਿਨ ਰਹਿ ਗਏ ਹੁਣ, ਮੈਨੂੰ ਲੱਗਦਾ ਹੁਣ ਤਾਂ ਤੁਹਾਨੂੰ ਸਾਰਿਆਂ ਨੂੰ ਯਾਦ ਰਹੂਗਾ, ਭੁੱਲੂਗੇ ਨਹੀਂ। ਇਹ ਤਾਂ ਹੁਣ ਮਤਲਬ ਅੱਜ ਕੱਲ੍ਹ ਇੱਦਾਂ ਦਾ ਟਾਈਮ ਚੱਲਦਾ ਕਿ ਜੇ ਕੋਈ ਵਿਆਹ ਦਾ ਕਾਰਡ ਵੀ ਮਹੀਨਾ ਪਹਿਲਾਂ ਦੇ ਜਾਵੇ ਤਾਂ ਆਪਾਂ ਭੁੱਲ ਜਾਂਦੇ ਹਾਂ ਨਾ। ਸੋ ਟਾਈਮ ਦੀ ਜਾ ਕੇ ਯਾਦ ਕਰਾਉਣਾ ਚਾਹੀਦਾ। ਸੋ ਇਸ ਲਈ 3 ਦਿਨ ਪਹਿਲਾਂ ਅਸੀਂ ਸ਼ੁਰੂ ਕੀਤਾ ਪ੍ਰਮੋਸ਼ਨ ਦਾ ਜਿਹੜਾ ਕੰਮ ਹੈ। ਸੋ ਤੁਸੀਂ ਸਾਰਿਆਂ ਨੇ ਜਦੋਂ ਆਲਵੇਜ਼ ਤੁਸੀਂ ਸਪੋਰਟ ਕਰਦੇ ਹੋ ਗਾਣਿਆਂ ਨੂੰ, ਸਾਨੂੰ ਹੈ ਨਾ ਸਪੋਰਟ ਕਰਨੀ ਹੈ। ਜਿਹੜੇ ਪੋਸਟਰ ਮੈਂ ਸ਼ੇਅਰ ਕੀਤੇ ਆ ਜਾਂ ਕੱਲ੍ਹ ਨੂੰ ਅਸੀਂ ਮੋਸ਼ਨ ਪੋਸਟਰ ਜਿਹੜਾ ਪਾਉਣਾ ਉਹ ਵੀ, ਅਤੇ ਅੱਜ ਜਿਹੜਾ ਟੀਜ਼ਰ ਪਾਉਣਾ ਉਹ ਵੀ, ਸਾਰੇ ਜਣੇ ਜਿੰਨੇ ਵੀ ਤੁਸੀਂ ਇਸ ਟਾਈਮ ਮੈਨੂੰ ਲਾਈਵ ਦੇਖ ਰਹੇ ਹੋ, ਤੁਸੀਂ ਪਲੀਜ਼ ਸ਼ੇਅਰ ਕਰਿਓ ਆਪਣੀ ਫੇਸਬੁੱਕ 'ਤੇ, ਆਪਣਾ ਸੋਸ਼ਲ ਮੀਡੀਆ 'ਤੇ, ਜਿੱਥੇ ਵੀ ਤੁਹਾਡਾ ਕਿਤੇ ਅਕਾਊਂਟ ਹੈ। ਇੱਕ ਵਾਰੀ ਗਾਣਾ ਗਾ ਦਿਉ। ਹਾਂਜੀ ਮੈਂ ਗਾਣਾ ਗਾਉਣਾ ਥੋੜ੍ਹੀ ਦੇਰ ਤੱਕ, ਮੈਂ ਥੋੜ੍ਹੀ ਚਾਹ ਪੀ ਰਿਹਾ ਸੀਗਾ, ਚਾਹ ਪੀ ਕੇ ਮੈਂ ਹੁਣੇ ਆਇਆ ਮੋਹਾਲੀ ਤੋਂ, ਤਾਂ ਫਿਰ ਥੋੜ੍ਹਾ ਜਿਹਾ ਕੈਮ ਜਿਹਾ ਹੋ ਕੇ ਫਿਰ ਗਾਉਣਾ। ਹਾਂਜੀ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਮੈਨੂੰ ਪੁੱਛ ਸਕਦੇ ਹੋ। ਹਾਂਜੀ ਮੇਰਾ ਵੀ ਬਹੁਤ ਫੇਵਰੇਟ ਹੈ ਜੀ, ਤੇਰਾ ਨਾਮ, ਤੇਰਾ ਨਾਮ ਤੇਰੇ ਲਈ, ਇਹ ਸੇਮ ਲੀਕ ਦਾ ਗਾਣਾ ਜੀ, ਜਿੱਦਾਂ ਮੇਰਾ ਗਾਣਾ ਸੀਗਾ ਇਕੱਲੇ ਇਕੱਲੇ ਤਾਰੇ ਉੱਤੇ, ਅੰਬਰ ਮਸਾਰੇ ਉੱਤੇ, ਅਤੇ ਉਸ ਤੋਂ ਬਾਅਦ ਆਇਆ ਸੀਗਾ ਮੇਰੀਆਂ ਵਫਾਵਾਂ ਤੇਰੇ ਲਈ, ਹੈ ਨਾ, ਅਤੇ ਹੁਣ ਰੋਂਦੀ ਤੇਰੇ ਲਈ। ਸੋ ਇਹ ਸੇਮ ਲੀਕ ਦਾ ਗਾਣਾ, ਅਤੇ ਮੈਂ ਪਹਿਲੀ ਵਾਰੀ ਕਿਸੇ ਸੈਡ ਸੌਂਗ ਦੀ, ਮਤਲਬ ਸੈਡ ਸੌਂਗ ਕੋਈ ਕਰ ਰਿਹਾ ਐਜ਼ ਅ ਸਿੰਗਲ, ਅਤੇ ਮੈਨੂੰ ਉਮੀਦ ਹੈ ਕਿ ਵਧੀਆ ਤੁਹਾਨੂੰ ਲੱਗੂਗਾ ਸਾਰਿਆਂ ਨੂੰ। ਮੈਥੋਂ ਗਾਇਆ ਵੀ ਵਧੀਆ ਗਿਆ, ਮੈਨੂੰ ਸਾਰੇ ਕਹਿੰਦੇ ਕਿ ਵੋਕਲਸ ਬਹੁਤ ਸੋਹਣੀਆਂ ਆਈਆਂ। ਸੋ ਪਰਸਨਲੀ ਮੈਨੂੰ ਬਹੁਤ ਪਸੰਦ ਆ ਸਾਰਾ, ਲਿਰਿਕਸ ਬਹੁਤ ਸੋਹਣੇ ਆ, ਮੀਨਿੰਗਫੁੱਲ ਆ, ਅਤੇ ਆਈ ਹੋਪ ਤੁਹਾਡੇ ਸਾਰਿਆਂ ਦੇ ਦਿਲ ਨੂੰ ਛੂਹਗਾ ਗਾਣਾ ਜ਼ਰੂਰ। ਵੀਡੀਓ ਕਿੱਥੇ ਸ਼ੂਟ ਹੋਈ ਹੈ ਗਾਣੇ ਦੀ? ਵੀਡੀਓ ਸਿਡਨੀ ਸ਼ੂਟ ਹੋਈ ਹੈ ਜੀ, ਮੈਂ ਨਾਮ ਪੜ੍ਹਨਾ ਭੁੱਲ ਗਿਆ ਕਿਵੇਂ ਕਿੱਥੇ। ਹਾਂਜੀ ਹਰੀਸ਼ ਮਾਨ ਜੀ ਨੇ ਪੁੱਛਿਆ, ਠੀਕ ਹੈ ਜੀ, ਸਿਡਨੀ ਸ਼ੂਟ ਕੀਤੀ ਹੈ ਵੀਰੇ, ਆਸਟ੍ਰੇਲੀਆ ਦੇ ਵਿੱਚ। ਬਾਈ ਜੀ ਹਰਿਆਣਾ ਕਬ ਆ ਰਹੇ ਹੋ? ਵੀਰੇ ਹਰਿਆਣੇ ਅਸੀਂ ਆਉਂਦੇ ਹੀ ਰਹਿੰਦੇ ਹਾਂ, ਅਤੇ ਤੁਸੀਂ ਸਟੇ ਟਿਊਨਡ ਔਨ ਮਾਈ ਫੇਸਬੁੱਕ ਔਰ ਔਨ ਮਾਈ ਇੰਸਟਾਗ੍ਰਾਮ, ਜਦੋਂ ਵੀ ਕੋਈ ਸ਼ੋਅ ਹੁੰਦਾ ਤਾਂ ਆਪਾਂ ਉੱਥੇ ਅਪਡੇਟ ਕਰਦੇ ਹਾਂ, ਤੁਸੀਂ ਉੱਥੇ ਨਜ਼ਰ ਰੱਖਿਓ ਮੈਡਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ, ਪਾਰੁਲ ਜੀ, ਰਾਹੁਲ ਜੀ, ਜੈਨੀ ਜੀ, ਸਾਰਿਆਂ ਨੂੰ ਤੁਹਾਨੂੰ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਸੀਂ ਸਾਰੇ ਖਿੱਚ ਕੇ ਰੱਖੋ ਕੰਮ ਮਾੜਾ ਜਿਹਾ ਪ੍ਰਮੋਸ਼ਨ ਵਾਲਾ ਵੀ। ਮੁੰਬਈ ਕਬ ਆ ਰਹੇ ਹੋ? ਮੁੰਬਈ ਵੀ ਆ ਰਹੇ ਹਾਂ ਜੀ ਜਲਦੀ।
ਬਾਅਦ ਚ ਕੋਈ ਗਾਣਾ ਗਾ ਦਿਓ। ਹਾਂਜੀ ਮੈਂ ਗਾਉਣਾ ਵੀਰੇ, ਮੈਨੂੰ ਹੈਗਾ ਮਾੜਾ ਜਿਹਾ ਹੋ ਲੈਣ ਦਿਓ, ਥੋੜ੍ਹੀ ਜਿਹੀ ਆਡੀਅੰਸ ਹੋਰ ਹੋ ਲੈਣ ਦਿਓ ਲਾਈਵ, ਫਿਰ ਆਪਾਂ ਗਾਉਂਦੇ ਹਾਂ ਗਾਣੇ, ਹੋਰ ਗੱਲਾਂ ਵੀ ਮਾਰਦੇ ਹਾਂ ਜੇ ਇੱਥੇ। ਪੁਨੀਤ ਗੁਪਤਾ, ਸੰਜੂ, ਆਕਾਸ਼, ਸਾਰਿਆਂ ਦੇ ਮੈਸੇਜ ਮੈਂ ਪੜ੍ਹ ਪਾ ਰਿਹਾ, ਤੁਸੀਂ ਸਾਰੇ ਜਣੇ ਕਮੈਂਟ ਕਰੋ ਜੀ ਜ਼ਿਆਦਾ ਤੋਂ ਜ਼ਿਆਦਾ। ਕੋਈ ਤੁਹਾਡੇ ਦਿਲ ਦੀ ਕੋਈ ਗੱਲ ਤੁਸੀਂ ਕੋਈ ਪੁੱਛਣਾ ਚਾਹੁੰਦੇ ਹੋ ਤਾਂ ਪੁੱਛ ਸਕਦੇ ਹੋ। ਨਾ ਕਰਦੇ ਵਾਲੀ ਕੋਈ ਸਿਚੁਏਸ਼ਨ ਕਦੀ ਰੀਅਲ ਲਾਈਫ ਮੇ ਆਈ ਹੈ? ਹਾਂਜੀ ਬਹੁਤ ਵਾਰੀ ਆਈ ਹੈ, ਮਤਲਬ ਬਹੁਤ ਵਾਰੀ ਤਾਂ ਨਹੀਂ, ਵੈਸੇ ਤਾਂ ਮੈਂ ਸੰਗਤ ਜੀ ਨੇ ਦੋ ਤਿੰਨ ਵਾਰੀ ਪੁੱਛਿਆ ਜਦੋਂ ਕਾਲਜ 'ਚ ਨਵਾਂ ਨਵਾਂ ਜਿਹਾ ਲੱਗਿਆ ਸੀਗਾ। ਦੋ ਕੁੜੀਆਂ ਨੂੰ ਮਤਲਬ ਅਲੱਗ ਅਲੱਗ ਟਾਈਮ 'ਤੇ ਪ੍ਰਪੋਜ਼ ਕੀਤਾ ਸੀ ਅਤੇ ਦੋਨਾਂ ਨੇ ਨਾ ਕਰਤੀ ਸੀ, ਸੋ ਹਾਂਜੀ ਨਾ ਕਰ ਗਈ ਆਈ। ਇੱਕ ਵਾਰੀ ਤਾਂ ਕੁੱਟ ਪੈਂਦੀ ਪੈਂਦੀ ਬਚੀ ਸੀਗੀ, ਕੁੜੀ ਦੇ ਪਿੱਛੇ ਬੱਸ ਚੜ੍ਹ ਕੇ ਉਹਦੇ ਪਿੰਡ ਵਾਲੇ ਟੋਟੇ 'ਤੇ, ਉੱਥੇ ਮਤਲਬ ਜਿੱਥੋਂ ਟੋਟੇ ਤੋਂ ਤੁਰ ਕੇ ਆਪਣੇ ਪਿੰਡ ਨੂੰ ਜਾਂਦੀ ਸੀ ਉੱਥੇ ਉੱਤਰ ਗਿਆ ਸੀ ਮਗਰੀ, ਅਤੇ ਉੱਥੇ ਉਹਦਾ ਕੋਈ ਕਜ਼ਨ ਬ੍ਰਦਰ ਸੀਗਾ ਕੋਈ ਵੱਡਾ, ਉਹ ਆ ਗਿਆ ਸੀਗਾ, ਪਰ ਲੱਕੀਲੀ ਉਹਨੇ ਉਹਨੂੰ ਪਤਾ ਨਹੀਂ ਲੱਗਿਆ, ਉਹਨੇ ਕੁਛ ਕਿਹਾ ਨਹੀਂਗਾ। ਸੋ ਹਾਂ ਆਈਏ ਜੀ। ਸਿੰਗਿੰਗ ਇਜ਼ ਯੋਰ ਲਵ ਔਰ ਲਾਈਫ? ਸਿੰਗਿੰਗ ਇਜ਼ ਲਵ, ਪਰ ਹੁਣ ਕਹਿ ਸਕਦੇ ਕਿਉਂਕਿ ਸਿੰਗਿੰਗ ਤੋਂ ਬਿਨਾਂ ਹੁਣ ਲਾਈਫ ਨੂੰ ਇਮੈਜਿਨ ਨਹੀਂ ਕਰ ਸਕਦੇ ਹੈਗੇ, ਕਿਉਂਕਿ ਮੈਨੂੰ ਪਹਿਲਾਂ ਕਦੇ ਹੁੰਦਾ ਨਹੀਂ ਸੀਗਾ ਕਿ ਮੈਂ ਸਿੰਗਰ ਬਣੂੰਗਾ, ਹੈ ਨਾ, ਮੇਰੀ ਪਰਸਨਲ ਕਦੇ ਛੋਟੇ ਹੁੰਦੇ ਤੋਂ ਇਹ ਇੱਛਾ ਨਹੀਂ ਸੀ ਰਹੀ, ਪਰ ਜਦੋਂ ਦਾ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਆਇਆ ਤਾਂ ਹੁਣ ਮੈਨੂੰ ਲੱਗਦਾ ਕਿ ਹਾਂ ਵੀ ਜੇ ਸਿੰਗਿੰਗ ਨਹੀਂ ਹੋਊਗੀ ਤਾਂ ਸ਼ਾਇਦ ਮੇਰੀ ਲਾਈਫ ਰੁਕ ਜੂਗੀ। ਮੇਰੇ ਬਿਗੇਸਟ ਸਪੋਰਟਰ ਜੀ ਮੇਰੀ ਫੈਮਿਲੀ ਅਤੇ ਮੇਰੇ ਫਰੈਂਡਸ, ਉਹਨਾਂ ਨੇ ਆਲਵੇਜ਼ ਮੈਨੂੰ ਪੋਜ਼ਿਟਿਵ ਰੱਖਿਆ, ਆਲਵੇਜ਼ ਮੈਨੂੰ ਸਪੋਰਟ ਕੀਤਾ ਮੇਰੇ ਮਾੜੇ ਟਾਈਮ 'ਚ ਵੀ, ਚੰਗੇ ਟਾਈਮ 'ਚ ਤਾਂ ਚਲੋ ਸਾਰੇ ਹੀ ਕਰਦੇ ਆ, ਅਤੇ ਉਸ ਤੋਂ ਇਲਾਵਾ ਮੇਰੇ ਜਿਹੜੇ ਫੈਨਸ ਆ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਮੇਰੇ ਯੂਟਿਊਬ ਵੀਡੀਓਜ਼ ਤੋਂ ਲੈ ਕੇ ਹੁਣ ਤੱਕ, ਅਤੇ ਜਿਹੜੇ ਵੀ ਤੁਸੀਂ ਸਾਰੇ ਇੰਸਟਾਗ੍ਰਾਮ ਜਾਂ ਯੂਟਿਊਬ ਦੇ ਉੱਤੇ ਫੇਸਬੁੱਕ ਦੇ ਉੱਤੇ ਸਾਰੇ ਜੁੜੇ ਹੋਏ, ਕਿਉਂਕਿ ਇਹੀ ਹੁੰਦਾ ਕਿ ਜਿੰਨੀ ਦੇਰ ਤੁਹਾਡੇ ਕੰਮ ਨੂੰ ਕੋਈ ਐਪਰੀਸ਼ੀਏਟ ਕਰਦਾ ਤੁਹਾਡਾ ਹੋਰ ਵਧੀਆ ਕੰਮ ਕਰਨ ਨੂੰ ਦਿਲ ਕਰਦਾ, ਹੈ ਨਾ। ਸੋ ਸਾਰੇ ਜਿਹੜੇ ਫੈਨਸ ਆ ਉਹ ਇੰਸਪੀਰੇਸ਼ਨ ਆ ਮੇਰੇ ਲਈ, ਅਤੇ ਮੇਰੀ ਆਲਵੇਜ਼ ਇਹੀ ਕੋਸ਼ਿਸ਼ ਹੁੰਦੀ ਹੈ ਕਿ ਮਤਲਬ ਪਿਛਲੀ ਵਾਰੀ ਨਾਲੋਂ ਵਧੀਆ ਕੰਮ ਕੀਤਾ ਜਾਵੇ ਹਰ ਵਾਰ। ਜੱਸੀ ਨਾਲ ਤਾਂ ਹੁਣ ਸਾਨੂੰ 4-5 ਸਾਲ ਹੋ ਗਏ ਜੀ ਇਕੱਠਿਆਂ ਨੂੰ, ਅਤੇ ਆਲ ਦਾ ਟਾਈਮ ਇਕੱਠੇ ਹੀ ਹੁੰਦੇ ਜ਼ਿਆਦਾਤਰ, ਸਾਰੇ ਸ਼ੋਜ਼ ਵਗੈਰਾ ਇਕੱਠੇ, ਹੈ ਨਾ, ਅਤੇ ਘਰ ਵੀ ਸਾਡੇ ਹੁਣ ਤਾਂ ਨੇੜੇ ਤੋਂ ਨੇੜੇ ਨੇ। ਸੋ ਬਹੁਤ ਸਾਰੀ ਯਾਦਾਂ ਇੱਦਾਂ ਦੀ, ਕੋਈ ਇੱਕ ਤਾਂ ਨਹੀਂ, ਅਸੀਂ ਬਹੁਤ ਮਸਤੀ ਕਰਦੇ ਜਦੋਂ ਇਕੱਠੇ ਹੁੰਦੇ ਸਾਰੇ ਜਿਹੜੇ ਸਾਰੇ ਦੋਸਤ। ਸਾਰੀਆਂ ਸੋਹਣੀਆਂ ਹੁੰਦੀਆਂ ਬਾਲੀਵੁੱਡ ਦੀ ਐਕਟਰਸ ਜੀ, ਸਾਰੀਆਂ ਨਾਲ ਹੀ ਕੰਮ ਕਰਕੇ ਵਧੀਆ ਲੱਗੂਗਾ, ਪਰ ਕੈਟਰੀਨਾ ਕੈਫ ਮੇਰੀ ਪਰਸਨਲ ਫੇਵਰੇਟ ਆ, ਉਹ ਤੋਂ ਪਹਿਲਾਂ ਪ੍ਰੀਟੀ ਜ਼ਿੰਟਾ ਹੁੰਦੀ ਸੀ, ਤਾਂ ਕੈਟਰੀਨਾ ਕੈਫ ਨਾਲ ਕਦੇ ਜੇ ਕੰਮ ਕਰਨ ਦਾ ਮੌਕਾ ਮਿਲੇ, ਵੈਸੇ ਤਾਂ ਚਲੋ ਸੁਪਨਾ ਹੀ ਆ, ਪਰ ਚਲੋ ਸੁਪਨੇ ਵੀ ਕਹਿੰਦੇ ਦੇਖਣੇ ਚਾਹੀਦੇ। ਚੈਲੇਂਜਿੰਗ ਮੈਨੂੰ ਲੱਗਦਾ ਕਿ ਜਦੋਂ ਯੂਟਿਊਬ ਤੋਂ ਮੇਰੇ ਵੀਡੀਓਜ਼ ਨੂੰ ਬਹੁਤ ਪਿਆਰ ਮਿਲਿਆ ਸੀਗਾ, ਕਹਿ ਸਕਦੇ ਕਿ ਹਿੱਟ ਹੋ ਗਈ ਸੀ ਬਹੁਤ, ਅਤੇ ਮੇਰੀ ਪਹਿਚਾਣ ਬਣ ਗਈ ਸੀਗੀ ਇੱਕ ਐਜ਼ ਅ ਯੂਟਿਊਬਰ, ਅਤੇ ਪਰ ਉਸ ਤੋਂ ਬਾਅਦ ਫਿਰ ਜਿਹੜੀ ਮੇਰੀ ਪਹਿਲੀ ਐਲਬਮ ਆਈ ਸੀ ਉਹ ਜਿੰਨਾ ਅਸੀਂ ਸੋਚਿਆ ਸੀ ਉਨੀ ਸਕਸੈਸਫੁਲ ਨਹੀਂ ਸੀ ਹੋਈ, ਹੈ ਨਾ, ਕਿਉਂਕਿ ਸੋਰਸਿਸ ਬਹੁਤ ਘੱਟ ਸੀ ਉਦੋਂ, ਪੈਸੇ ਨਹੀਂ ਸੀ ਹੁੰਦੇ, ਪਤਾ ਨਹੀਂ ਸੀਗਾ ਕਿ ਇਸ ਲਾਈਨ ਦੇ ਵਿੱਚ ਕਿੱਦਾਂ ਅੱਗੇ ਵਧਣਾ, ਕਿੱਦਾਂ ਕੰਮ ਕਰਨਾ, ਹੈ ਨਾ, ਤਾਂ ਉਹ ਬਹੁਤ ਬਹੁਤ ਔਖਾ ਟਾਈਮ ਸੀਗਾ, ਅਤੇ ਉਦੋਂ ਲੋਕਾਂ ਨੂੰ ਵੀ ਇਹ ਲੱਗਣ ਲੱਗ ਗਿਆ ਸੀਗਾ ਕਿ ਯਾਰ ਇਹ ਯੂਟਿਊਬ ਦੇ ਉੱਤੋਂ ਇਹਦੇ ਪੈਰ ਹੇਠ ਬਟੇਰਾ ਆ ਗਿਆ, ਹੈ ਨਾ, ਅਤੇ ਐਵੇਂ ਹਿੱਟ ਹੋ ਗਿਆ ਘਰ ਬੈਠਾ ਬੈਠਾ ਵੀ ਹੁਣ ਨਹੀਂ ਕੁਛ ਹੋਣਾ ਹੈਗਾ, ਤਾਂ ਉਹ ਬੜਾ ਚੈਲੇਂਜਿੰਗ ਟਾਈਮ ਸੀਗਾ ਜਿਹੜੇ 2 ਸਾਲ ਸੀ। ਉਸ ਤੋਂ ਬਾਅਦ ਫਿਰ ਜਦੋਂ ਗਾਣਾ ਆਇਆ ਤਾਂ ਇੱਥੋਂ ਸੋਹਣੀ ਹੋਰ ਲੱਭ ਗਈ, ਉਸ ਤੋਂ ਬਾਅਦ ਤੋਂ ਹੁਣ ਤੱਕ ਬਾਬਾ ਜੀ ਦੀ ਕਿਰਪਾ ਨਾਲ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਸਭ ਠੀਕ ਚੱਲ ਰਿਹਾ, ਅਤੇ ਹੁਣ ਕੋਸ਼ਿਸ਼ ਹੁੰਦੀ ਹੈ ਕਿ ਹੋਰ ਆਪਣੇ ਆਪ ਨੂੰ ਇੰਪਰੂਵ ਕਰਦਾ ਜਾਵਾਂ। ਫੇਵਰੇਟ ਮੈਂ ਫਿਲਮਾਂ ਬਹੁਤ ਦੇਖਦਾ, ਮੈਂ ਛੋਟੇ ਹੁੰਦੇ ਤੋਂ ਫਿਲਮਾਂ ਅਤੇ ਮਿਊਜ਼ਿਕ ਅਤੇ ਕ੍ਰਿਕਟ, ਇਹ 3 ਚੀਜ਼ਾਂ ਮੇਰੀ ਲਾਈਫ ਦਾ ਮਤਲਬ ਹਿੱਸਾ ਰਹੇ, ਹੈ ਨਾ, ਗਾਣਿਆਂ ਤੋਂ ਬਿਨਾਂ ਮੇਰਾ ਦਿਨ ਨਹੀਂ ਪੂਰਾ ਹੁੰਦਾ ਹੈਗਾ। ਛੋਟੇ ਹੁੰਦੇ ਵੀ ਮੈਂ ਜਦੋਂ ਸਕੂਲ ਨੂੰ ਤਿਆਰ ਹੁੰਦਾ ਸੀ ਜਾਂ ਕਾਲਜ ਨੂੰ ਤਿਆਰ ਹੁੰਦਾ ਸੀ ਤਾਂ ਗਾਣੇ ਲਾ ਕੇ, ਹੈ ਨਾ, ਪੂਰਾ ਉੱਚੀ ਆਵਾਜ਼ ਦੇ ਵਿੱਚ ਐਮਪੰਪ ਜਿਹਾ ਲਿਆ ਕੇ ਰੱਖਿਆ ਹੋਇਆ ਸੀਗਾ, ਵੱਡੇ ਵੱਡੇ ਸਪੀਕਰ, ਅਤੇ ਫਿਲਮਾਂ ਬਹੁਤ ਦੇਖੀਆਂ, ਹੈ ਨਾ, ਜਦੋਂ ਵੀ ਆਸਟ੍ਰੇਲੀਆ ਵੀ ਜਦੋਂ ਕਦੇ ਵਿਹਲੇ ਹੁੰਦੇ ਸੀ, ਕੰਮ ਤਾਂ ਛੁੱਟੀ ਹੁੰਦੀ ਸੀਗੀ, ਤਾਂ ਫਿਲਮਾਂ ਬਹੁਤ ਦੇਖੀਆਂ, ਤਾਂ ਬਹੁਤ ਹੈਗੇ ਡਾਇਲੋਗ ਜਿਹੜੇ ਅਲੱਗ ਅਲੱਗ ਮੂਮੈਂਟਸ 'ਤੇ ਜ਼ਿੰਦਗੀ ਦੇ ਵਿੱਚ ਕਈ ਵਾਰੀ ਯਾਦ ਆ ਜਾਂਦੇ, ਹੈ ਨਾ, ਕਿਸੇ ਨਾ ਕਿਸੇ ਫਿਲਮ ਦੇ, ਤਾਂ ਪਰ ਇਸ ਟਾਈਮ ਤਾਂ ਮੈਨੂੰ ਸ਼ੋਲੇ ਦੇ ਜਾਂ ਸਨੀ ਦਿਓਲ ਦੇ ਡਾਇਲੋਗ ਹੀ ਦਿਮਾਗ ਦੇ ਵਿੱਚ ਆ ਰਹੇ ਕਿ 2.5 ਕਿਲੋ ਕਾ ਹੱਥ ਹੈ। ਕਾਫ਼ੀ ਵਾਰੀ ਹੁੰਦਾ ਮੇਰੇ ਨਾਲ ਇਹ ਕਿ ਜਦੋਂ ਮੈਂ ਲੋਅ ਫੀਲ ਕਰਦਾ, ਮਹੀਨੇ ਦੇ ਵਿੱਚ 2-3 ਦਿਨ ਤਾਂ ਹੁੰਦੇ ਆ ਕਮ ਸੇ ਕਮ, ਤਾਂ ਮੈਨੂੰ ਲੱਗਦਾ ਕਿ ਐਕਸਰਸਾਈਜ਼ ਕਰਦਾ ਮੈਂ ਜਾਂ ਮਿਊਜ਼ਿਕ ਸੁਣਦਾ ਜਾਂ ਆਪਣੇ ਦੋਸਤਾਂ ਨਾਲ ਟਾਈਮ ਸਪੈਂਡ ਕਰਦਾ, ਉਹੀ ਚੀਜ਼ ਮਤਲਬ ਮੋਟੀਵੇਟ ਕਰਦੀ ਆ, ਅਤੇ ਵਧੀਆ ਵਧੀਆ ਫੀਲ ਹੁੰਦਾ ਫਿਰ। ਫਿਟਨੈਸ ਐਂਡ ਸਟਾਰਡਮ ਦੇ ਬਾਰੇ ਮੈਂ ਕੀ ਬੋਲਣਾ ਚਾਹੂੰਗਾ?
ਫਿਟਨੈਸ ਬਹੁਤ ਜ਼ਰੂਰੀ ਹੈ ਜੀ, ਚਾਹੇ ਕੋਈ ਕਿਸੇ ਮਤਲਬ ਸਾਡੇ ਵਾਲੇ ਪ੍ਰੋਫੈਸ਼ਨ ਦੇ ਵਿੱਚ ਹੋਵੇ ਜਾਂ ਨਾ ਹੋਵੇ, ਕੋਈ ਸਟਾਰ ਹੈ ਨਹੀਂ ਹੈ, ਫਿਟਨੈਸ ਬਹੁਤ ਜ਼ਰੂਰੀ ਅੱਜ ਦੇ ਟਾਈਮ ਦੇ ਵਿੱਚ, ਕਿਉਂਕਿ ਆਪਣੀ ਲਾਈਫ ਇੰਨੀ ਬਿਜ਼ੀ ਹੋ ਗਈ, ਆਪਣੇ ਕੋਲ ਟਾਈਮ ਨਹੀਂ ਹੁੰਦਾ, ਭੱਜ ਨੱਠ ਬਹੁਤ ਆ, ਇੱਕ ਰੇਸ ਜੀ ਚੱਲੀ ਹੋਈ ਆ ਨਾ, ਕਿ ਇੱਕ ਦੂਜੇ ਨਾਲੋਂ ਜ਼ਿਆਦਾ ਸਕਸੈਸਫੁਲ ਹੋਣ ਦੀ, ਮਾਈਂਡ ਬਹੁਤ ਬਿਜ਼ੀ ਹੋ ਗਿਆ ਆਪਣੇ ਸਾਰਿਆਂ ਦੇ, ਅਤੇ ਇਹੀ ਹੈ ਕਿ ਆਪ ਚੰਗਾ ਖਾਓਗੇ ਅਤੇ ਚੰਗੀ ਐਕਸਰਸਾਈਜ਼ ਕਰੋਗੇ ਤਾਂ ਥੋੜ੍ਹੀ ਸਟ੍ਰੈੱਸ ਆ ਜਿਹੜੀ ਉਹ ਘੱਟ ਜਾਂਦੀ ਆ, ਵਧੀਆ ਰਹਿੰਦਾ। ਸੋ ਹਰ ਬੰਦੇ ਨੂੰ ਮੈਨੂੰ ਲੱਗਦਾ ਕਿ ਆਪਣੀ ਡਾਇਟ ਦਾ ਖਿਆਲ ਰੱਖਣਾ ਚਾਹੀਦਾ ਅਤੇ ਐਕਸਰਸਾਈਜ਼ ਕਰਨੀ ਚਾਹੀਦੀ ਜਿੰਨੀ ਕੁ ਵੀ ਤੁਸੀਂ ਕਰ ਸਕਦੇ ਹੋ ਡੇਲੀ ਬੇਸਿਸ ਦੇ ਉੱਤੇ। ਕਿਸੇ ਬੀਚ ਤੇ, ਸੋਹਣੇ ਜੇ ਬੀਚ ਦੇ ਉੱਤੇ। ਯੈਸ। ਕਭੀ ਫ੍ਰੈਂਡ ਕੇ ਕੱਪੜੇ ਲੈ ਕੇ ਪਹਿਨੇ? ਹਾਂਜੀ, ਬਹੁਤ ਵਾਰੀ ਜਦੋਂ ਛੋਟੇ ਹੁੰਦੇ ਸੀਗੇ, ਪਰ ਮਤਲਬ ਜਦੋਂ ਕਾਲਜ ਟਾਈਮ ਤੱਕ ਮੈਨੂੰ ਲੱਗਦਾ, ਉਹ ਤੋਂ ਬਾਅਦ ਨਹੀਂ ਕਦੇ। ਪਰ ਮੈਂ ਸਹੀ ਦੱਸਾਂ ਤਾਂ ਮੈਂ ਕਿਸੇ ਦੇ ਕੱਪੜੇ ਲੈ ਕੇ ਪਾਉਣੇ ਵਾਲੇ ਪਸੰਦ ਨਹੀਂ ਸੀ ਕਰਦਾ, ਤਾਂ ਮੇਰੇ ਕੱਪੜੇ ਪਾ ਲੈਂਦੇ ਮੇਰੇ ਦੋਸਤ, ਹੁਣ ਵੀ ਪਾ ਲੈਂਦੇ ਆ, ਸੋ ਉਹ ਨਹੀਂ ਕੁਛ ਕਰੇਗੀ। ਫੇਵਰੇਟ ਵੀਡੀਓ ਗੇਮ ਯੂ ਲਵ ਟੂ ਪਲੇ? ਜਿਹੜੀ ਸੌਖੀ ਸੌਖੀ ਪਾਰ ਹੁੰਦੀ ਰਹੇ, ਜਿਹਦੀ ਜਿਹਦੀ ਸਟੇਜ ਕੋਈ ਹੁੰਦੀ ਆ ਕਿ ਜਿੱਥੇ ਕੰਮ ਅੜ ਜਾਂਦਾ ਜਾ ਕੇ, ਫਿਰ ਉੱਥੇ ਉਹ ਗੇਮ ਮੈਨੂੰ ਬੁਰੀ ਲੱਗਣ ਲੱਗ ਜਾਂਦੀ ਆ। ਸੋ ਮੈਂ ਬਾਲੀ ਖੇਡਦਾ ਨਹੀਂ ਗਾ ਗੇਮਾਂ, ਤਾਂ ਛੋਟੇ ਹੁੰਦੇ ਬਹੁਤ ਖੇਡੀਆਂ, ਛੋਟੇ ਹੁੰਦੇ ਮਾਰੀਓ, ਕੌਂਟਰਾ, ਰੋਡ ਫਾਈਟਰ, ਸੈਗਾ ਦੀ ਹੁੰਦੀ ਸੀ, ਫਿਰ ਸੋਨਿਕ ਆ ਗਈ ਹੈ ਨਾ, ਸਟਰੀਟ ਫਾਈਟਰ, ਬਹੁਤ ਗੇਮਾਂ ਛੋਟੇ ਹੁੰਦੇ ਬਹੁਤ ਖੇਡੀਆਂ, ਟੈਂਕ ਵਾਲੀ ਹੁੰਦੀ ਸੀਗੀ ਇੱਕ ਨਾ, ਸਾਰਿਆਂ ਨੇ ਮੈਨੂੰ ਪਤਾ, ਜਿਹੜੀ ਸਾਡੇ ਵਾਲੀ ਜਨਰੇਸ਼ਨ ਆ ਜਿਨ੍ਹਾਂ ਨੇ ਨਵੀਆਂ ਨਵੀਆਂ ਵੀਡੀਓ ਗੇਮਸ, ਉਹ 8-ਬਿੱਟ ਵਾਲੀਆਂ ਆਈਆਂ, ਫਿਰ 16-ਬਿੱਟ ਵਾਲੀਆਂ ਆਈਆਂ, ਉਹ ਸਾਰੀਆਂ ਦੇਖੀਆਂ, ਅਤੇ ਉਹ ਉਦੋਂ ਜ਼ਿਆਦਾ ਖੇਡਦੇ ਹੁੰਦੇ ਸੀ। ਹੁਣ ਤਾਂ ਫੋਨ ਦੇ ਵਿੱਚ ਲਾਸਟ ਗੇਮ ਮੈਨੂੰ ਲੱਗਦਾ ਮੈਂ ਸ਼ਾਇਦ ਕੈਂਡੀ ਕ੍ਰੱਸ਼ ਖੇਡੀ ਹੋਊਗੀ, ਜਾਂ ਐਂਗਰੀ ਬਰਡਸ ਥੋੜ੍ਹੀ ਬਹੁਤ ਕਦੇ ਖੇਡੀ, ਉਹ ਜਦੋਂ ਫਿਰ ਉੱਥੇ ਨਹੀਂ ਪਾਰ ਹੁੰਦੀਆਂ ਉਹਦੀਆਂ ਸਟੇਜਾਂ ਦੀਆਂ, ਫਿਰ ਔਖਾ ਹੋ ਜਾਂਦਾ ਕੰਮ, ਫਿਰ ਬੰਦ ਕਰਦਾ। ਸਮਥਿੰਗ ਯੂ ਲਵ ਅਬਾਊਟ ਯੋਰਸੈਲਫ? ਆਪਣੇ ਆਪ ਨਾਲ ਤਾਂ ਹਰ ਇੱਕ ਨੂੰ ਪਿਆਰ ਹੁੰਦਾ ਜੀ, ਮੈਨੂੰ ਲੱਗਦਾ ਹੋਣਾ ਵੀ ਚਾਹੀਦਾ, ਅਤੇ ਮੈਨੂੰ ਲੱਗਦਾ ਆਮ ਆ ਗੁੱਡ ਮੈਨ, ਮੈਂ ਕਦੇ ਕਿਸੇ ਦਾ ਮਾੜਾ ਨਹੀਂ ਸੋਚਿਆ, ਕਦੇ ਕਿਸੇ ਦਾ ਮਾੜਾ ਨਹੀਂ ਕੀਤਾ, ਅਤੇ ਕੋਸ਼ਿਸ਼ ਹੁੰਦੀ ਹੈ ਕਿ ਬਸ ਕੰਮ ਆਪਣਾ ਆਪਣੇ ਕੰਮ ਤੱਕ ਮਤਲਬ ਰੱਖਾਂ, ਵਧੀਆ ਕੰਮ ਕਰਾਂ। ਸੋ ਇਹੀ ਹੈ ਜੀ ਮੈਨੂੰ ਲੱਗਦਾ। ਮੈਨੂੰ ਘੜੀਆਂ ਦਾ ਕਾਫੀ ਸ਼ੌਂਕ ਹੈ ਜੀ, ਸੋ ਪਰ ਕੋਈ ਪਰਟੀਕੁਲਰ ਬ੍ਰਾਂਡ ਨਹੀਂ ਹੈਗਾ। ਕਈ ਵਾਰੀ ਹੁੰਦਾ ਕਿ ਕੋਈ ਸਸਤੇ ਬ੍ਰਾਂਡ ਦੀ ਘੜੀ ਕੋਈ ਤੁਹਾਨੂੰ ਸੋਹਣੀ ਲੱਗ ਸਕਦੀ ਹੈ, ਕਈ ਵਾਰੀ ਹੁੰਦਾ ਕਿ ਜਿਹੜੀ ਚੀਜ਼ ਤੁਹਾਨੂੰ ਪਸੰਦ ਆਵੇ ਉਹ ਮਹਿੰਗੀ ਹੁੰਦੀ ਹੈ, ਕਿਸੇ ਹੋਰ ਬ੍ਰਾਂਡ ਦੀ ਹੁੰਦੀ ਹੈ, ਤਾਂ ਮੇਰੇ ਕੋਲ ਠੀਕ ਠਾਕ ਕਲੈਕਸ਼ਨ ਹੈਗੀ ਆ ਵਾਚਿਸ ਦੀ। ਬਸ ਉਹਦੇ ਨਾਲ ਹੀ ਨਹੀਂ, ਇਹ ਤਾਂ ਦੇਖੋ ਜੀ ਪਰਮਾਤਮਾ ਦੇ ਹੱਥ ਹੁੰਦਾ, ਵੈਸੇ ਚਲੋ ਦੋਨਾਂ ਦੇ ਵਿੱਚੋਂ ਇੱਕ ਚਲਾ ਗਿਆ ਤਾਂ ਮੈਂ, ਜਸੀ ਚਲਾ ਗਿਆ ਤਾਂ ਮੈਂ ਚਲਾ ਗਿਆ, ਮੈਨੂੰ ਤਾਂ ਲੱਗਦਾ ਕਿ ਸੇਮ ਚੀਜ਼ ਹੀ ਆ, ਅਤੇ ਪਰ ਇਹ ਹੈ ਕਿ ਨਾ ਤਾਂ ਜੱਸੀ ਨੇ ਇਹ ਸੋਚ ਕੇ ਕਦੇ ਕੰਮ ਕੀਤਾ ਸੀਗਾ ਕਿ ਬਾਲੀਵੁੱਡ ਦੇ ਵਿੱਚ ਜਾਣਾ, ਹੈ ਨਾ, ਜਦੋਂ ਸਾਰੇ ਤੁਸੀਂ ਸਾਰੇ ਇੰਨਾ ਪਿਆਰ ਦਿੰਦੇ ਹੋ ਕੰਮ ਨੂੰ, ਅਤੇ ਜਦੋਂ ਐਪਰੀਸ਼ੀਏਟ ਕਰਦੇ ਹੋ, ਤਾਂ ਫਿਰ ਜਿਹੜਾ ਕੰਮ ਦੀ ਕਦਰ ਆ ਉਹ ਪੈ ਹੀ ਜਾਂਦੀ ਹੈ। ਸੋ ਮੇਰੇ ਵੀ ਦਿਮਾਗ ਦੇ ਵਿੱਚ ਇਹੀ ਹੈ ਕਿ ਜਿਹੜਾ ਆਪਣਾ ਜੋ ਜਿਹੜਾ ਵੀ ਜਿੱਦਾਂ ਹੁਣ ਰੋਂਦੀ ਤੇਰੇ ਲਈ ਆਉਣਾ ਹੈ, ਜਿਹੜਾ ਨੈਕਸਟ ਗਾਣਾ ਆਉਣਾ ਹੈ, ਨੈਕਸਟ ਜੋ ਵੀ ਫਿਲਮ ਕਰਾਂਗੇ, ਵੀ ਉਹ ਵਧੀਆ ਕਰੀਏ, ਅਤੇ ਪਿਛਲੇ ਵਾਰ ਨਾਲੋਂ ਆਪਣੇ ਆਪ ਨੂੰ ਇੰਪਰੂਵ ਕਰੀਏ, ਵਧੀਆ ਕੰਮ ਕਰੀਏ, ਅਤੇ ਜਦੋਂ ਮਹਾਰਾਜ ਨੇ ਚਾਹਿਆ ਜਾਂ ਜਦੋਂ ਬਾਲੀਵੁੱਡ ਵਾਲਿਆਂ ਨੇ ਚਾਹਿਆ, ਤਾਂ ਹੋਪਫੁਲੀ ਮਿਲਾਂਗੇ। ਆਪਣੀ ਸਭ ਤੋਂ ਪਹਿਲੀ ਜੋਲ ਮੋਲ ਬਾਰੇ ਦੱਸੋ। ਕਾਹਦੇ ਬਾਰੇ ਜੀ? ਜੋਲ ਮੋਲ ਜੀ, ਇੱਦਾਂ ਦੀ ਚੋਲ ਮੋਲਾਂ ਵੀ ਮੈਂ ਤਾਂ ਨਹੀਂ ਕੀਤੇ ਹੈਗੇ ਜੀ, ਇੱਦਾਂ ਦੀ ਵਾਰੀ ਗੱਲ ਮੈਨੂੰ ਨਹੀਂ ਲੱਗਦਾ ਕਿ ਆਪਾਂ ਨੂੰ ਕੋਈ ਕਰਨੀ ਚਾਹੀਦੀ ਹੈ ਲਾਈਵ। ਰਾਹੁਲ ਰਾਜ ਜੀ, ਹਨੀ ਸਿੰਘ, ਕਰਿਓ ਕਰਿਓ ਉੱਪਰ ਕਰਿਓ, ਹਨੀ ਸਿੰਘ ਕਿੱਥੇ ਗਿਆ, ਹਨੀ ਸਿੰਘ ਕੱਲ ਉੱਪਰ ਰਹਿ ਗਿਆ, ਮਿਸ ਹੋ ਗਿਆ ਯਾਰ ਕੁਸ਼ਨ, ਪਤਾ ਨਹੀਂ, ਛੋਲੋ ਵਾਰੀ ਵੀ ਦੁਬਾਰਾ ਲਿਖ ਦਿਓ ਬਾਈ। ਹਨੀ ਸਿੰਘ ਬਾਰੇ ਸੀਗਾ ਕੁਸ਼ਚਨ, ਮੈਂ ਪੜ੍ਹਨਾ ਚਾਹੁੰਦਾ ਸੀਗਾ ਕੀ ਸੀਗਾ, ਕਿਉਂ ਹਨੀ ਸਿੰਘ ਮੇਰੇ ਫੇਵਰੇਟ ਮਿਊਜ਼ਿਕ ਡਾਇਰੈਕਟਰਾਂ ਦੇ ਵਿੱਚੋਂ ਇੱਕ ਆ, ਅਤੇ ਮੈਂ ਬਹੁਤ ਮਿਸ ਕਰਦਾ ਉਹਦੇ ਮਿਊਜ਼ਿਕ ਨੂੰ, ਬਾਈ ਨੂੰ, ਮੈਨੂੰ ਹੈ ਕਿ ਛੇਤੀ ਛੇਤੀ ਠੀਕ ਹੋਵੇ ਅਤੇ ਵਾਪਸ ਆਵੇ, ਆਪਾਂ ਨੂੰ ਥੋੜ੍ਹੇ ਜਿਹੇ ਐਨਰਜੈਟਿਕ ਗਾਣੇ ਜਿਹੜੇ ਹੋਰ ਸੁਣਨ ਲਈ ਮਿਲਣ, ਹੈ ਨਾ। ਹਾਂਜੀ ਆ ਗਿਆ, ਇਹ ਰਾਹੁਲ ਰਾਜ ਜੀ ਨੇ ਪੁੱਛਿਆ, ਤੂੰ ਫਿਰ ਗਾਇਬ ਕਰ ਦੇਣਾ, ਠੀਕ ਹੈ ਜੀ, ਡਾਇਰੈਕਟਰ ਕਦੋਂ ਬਣੋਗੇ? ਨਹੀਂ ਵੀਰੇ, ਹਜੇ ਤਾਂ ਜੋ ਕਰ ਰਹੇ ਉਹੀ ਸਹੀ ਤਰੀਕੇ ਨਾਲ ਪਹਿਲਾਂ ਕਰਨਾ ਸਿੱਖ ਲਈਏ, ਸਿੰਗਰ ਅਤੇ ਐਕਟਰ ਹੀ ਵਧੀਆ ਬਣ ਜਾਵਾਂ, ਫਿਰ ਦੇਖਦੇ ਹਾਂ, ਕੋਸ਼ਿਸ਼ ਕਰੂੰਗਾ। ਵਿਕਾਸ ਸ਼ਰਮਾ, ਜੰਮੂ ਕਬ ਆ ਰਹੇ ਹੋ? ਜੰਮੂ ਸਾਡੇ ਫਰੈਂਡ ਦਾ ਵਿਆਹ ਹੈ ਜੀ ਇੱਕ ਦਾ, ਬਹੁਤ ਜਲਦੀ, ਅਤੇ ਹੋਪਫੁਲੀ ਉਦੋਂ ਆਵਾਂਗੇ। ਸਰ ਆਪਕੇ, ਮੈਨੂੰ ਪੜ੍ਹਨ ਤਾਂ ਦੇ, ਬਹੁਤ ਜਲਦੀ ਜਲਦੀ ਆ ਰਿਹਾ ਮੈਸੇਜ ਨਾ ਉੱਪਰ ਚਲੇ ਜਾਂਦਾ। ਰਾਣੀ ਕੌਰ, ਲਵ ਯੂ, ਅੱਛਾ ਜੀ, ਲਵ ਯੂ ਟੂ ਜੀ ਰਾਣੀ ਜੀ, ਥੈਂਕ ਯੂ ਸੋ ਮੱਚ। ਜੱਸੀ ਕਿੱਥੇ ਹੈ? ਜੱਸੀ ਫਿਲਮ ਦੇ ਸ਼ੂਟ ਦੇ ਉੱਤੇ ਹੈ ਜੀ,
ਅੱਜ ਸ਼ੂਟ ਕਰ ਰਹੇ ਹੋ। ਮਿਸਟਰ ਐਂਡ ਮਿਸਿਸ 420 ਫਿਲਮ ਜਿਹੜੀ ਸਾਡੀ ਆਈ ਸੀ ਉਹਦਾ ਸੈਕਿੰਡ ਪਾਰਟ ਆ ਜਿਹੜਾ ਸ਼ੂਟ ਹੋ ਰਿਹਾ। ਸੋ ਪਰ ਅਨਫੋਰਚੁਨੇਟਲੀ ਮੈਂ, ਬਿੰਨੂ ਬਾਈ ਅਤੇ ਯੁਵਰਾਜ ਅਸੀਂ ਤੈਨੂੰ ਹੈ ਨਹੀਂਗੇ ਫਿਲਮ ਦੇ ਵਿੱਚ, ਪਰ ਜੱਸੀ ਤੁਹਾਨੂੰ ਨਵੇਂ ਰੂਪ ਦੇ ਵਿੱਚ ਦੇਖਣ ਨੂੰ ਮਿਲੂਗਾ ਅਤੇ ਬਹੁਤ ਇੰਟਰਸਟਿੰਗ ਆ ਉਹ ਜਿਹੜਾ ਕਰੈਕਟਰ ਕਰ ਰਿਹਾ, ਅਤੇ ਮੈਨੂੰ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ। ਇੱਕ ਸੌਂਗ ਸੁਣਾ ਦਿਓ ਜੀ। ਹਾਂਜੀ, ਸੌਂਗ ਇੱਕ ਤਾਂ 27 ਤਰੀਕ ਨੂੰ ਮੈਂ ਸੁਣਾਉਣਾ ਜੀ ਸ਼ਾਮ ਨੂੰ 6 ਵਜੇ, ਰੋਂਦੀ ਤੇਰੇ ਲਈ, ਉਹ ਤੁਸੀਂ ਜ਼ਰੂਰ ਸੁਣਿਓ ਅਤੇ ਮੈਨੂੰ ਉਮੀਦ ਆ ਤੁਹਾਨੂੰ ਸਾਰਿਆਂ ਨੂੰ ਬਹੁਤ ਪਸੰਦ ਆਊਗਾ। ਅਤੇ ਪਰ ਉੱਦਾਂ ਮੈਂ ਇੱਕ ਤੁਹਾਨੂੰ ਗਾਣਾ ਸੁਣਾ ਦਿੰਦਾ। ਮੰਨੇ ਅਕਲਾਸ ਤੇਰੀ ਹਾਈ ਏ, ਕਿੰਨੀ ਸੋਹਣੀ ਰੱਬ ਨੇ ਬਣਾਈ ਏ, ਉੱਤੋਂ ਇਹ ਕਾਤਲ ਅਦਾਵਾਂ ਨਹੀਂ, ਦੇਖ ਦੇਖ ਮੈਂ ਤਾਂ ਮਰੀ ਜਾਵਾਂ ਨਹੀਂ, ਇੰਨੀ ਚੂਜ਼ੀ ਨਾ ਹੋ ਮੈਨੂੰ ਤੂੰ ਹਾਂ ਕਰ ਦੇ, ਗੋਰੇ ਕਾਲੇ ਤੇਰੇ ਤੇ ਲੱਖ ਮਰ ਦੇ, ਗੇੜੇ ਮਾਰਾਂ ਮਾਰਾਂ ਤੇਰੇ ਕਰ ਦੇ ਹੋ। ਆਇਆ ਨੀ ਤੇਰਾ ਡ੍ਰੀਮ ਬੋਏ ਆਇਆ, ਗੱਡੀ ਨਵੀਂ ਲੈ ਆਇਆ, ਤੂੰ ਬਹਿ ਜਾ ਮੇਰੇ ਨਾਲ ਸੋਹਣੀਏ। ਆਇਆ ਨੀ ਤੇਰਾ ਡ੍ਰੀਮ ਬੋਏ ਆਇਆ, ਮੈਂ ਗਾਣਾ ਨਵਾਂ ਲੈ ਆਇਆ, 27 ਤਰੀਕ ਨੂੰ ਸੁਣ ਲਿਓ ਸਾਰੇ। ਥੈਂਕ ਯੂ ਜੀ। ਹੈਲੋ ਸਰ, ਮੁਝੇ ਆਪਕਾ ਲਾਈਵ ਸ਼ੋਅ ਦੇਖਣਾ ਹੈ ਦਿੱਲੀ ਮੇ। ਹਾਂਜੀ, ਅਸੀਂ ਬਹੁਤ ਜਲਦੀ ਪਰਫੋਰਮ ਕਰ ਰਹੇ ਹਾਂ ਦਿੱਲੀ ਦੇ ਵਿੱਚ, ਅਤੇ ਜਲਦੀ ਪੋਸਟਰ ਜਿਹੜੇ ਹੈਗੇ ਆ ਮੈਂ ਕਰੂੰਗਾ ਅਪਲੋਡ ਆਪਣੇ ਇੰਸਟਾਗ੍ਰਾਮ 'ਤੇ ਜਾਂ ਫੇਸਬੁੱਕ 'ਤੇ, ਤੁਸੀਂ ਉੱਥੇ ਨਿਗਾਹ ਰੱਖਿਓ ਅਤੇ ਜਦੋਂ ਵੀ ਹੋਇਆ ਤੁਸੀਂ ਜ਼ਰੂਰ ਪਹੁੰਚੋ। ਅਸੀਂ ਕਾਫੀ ਪ੍ਰਾਈਵੇਟ ਫੰਕਸ਼ਨਾਂ ਦੇ ਵਿੱਚ ਪਰਫੋਰਮ ਕਰ ਰਹੇ ਹਾਂ ਦਿੱਲੀ ਦੇ ਵਿੱਚ, ਪਰ ਉਹਦੇ 'ਤੇ ਹੁੰਦਾ ਕਿ ਜਿਨ੍ਹਾਂ ਦਾ ਹੁੰਦਾ ਫੰਕਸ਼ਨ ਉਹੀ ਆ ਸਕਦੇ ਆ। ਸੋ ਜਿਹੜਾ ਪਬਲਿਕ ਕੋਈ ਵੀ ਹੋਊਗਾ ਉਹਦਾ ਪੋਸਟਰ ਮੈਂ ਸ਼ੇਅਰ ਕਰੂੰਗਾ, ਤੁਸੀਂ ਸਾਰੇ ਜਣੇ ਪਹੁੰਚੋ। ਡ੍ਰੀਮ ਬੋਏ ਸੈਕਿੰਡ ਪਾਰਟ ਕਰ ਲਓ ਪਲੀਜ਼। ਠੀਕ ਹੈ ਜੀ, ਹਾਲੇ ਤੁਸੀਂ ਪਹਿਲੇ ਨੂੰ ਇੰਜੋਏ ਕਰੋ ਉਹਨੂੰ। ਡ੍ਰੀਮ ਬੋਏ ਨੂੰ ਪਿਆਰ ਦੇਣ ਲਈ ਵੀ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਥੈਂਕਸ, ਅਤੇ ਤੁਸੀਂ ਸਾਰਿਆਂ ਨੇ ਬਹੁਤ ਪਸੰਦ ਕੀਤਾ ਗਾਣੇ ਨੂੰ। ਭਾਜੀ 27 ਅਕਤੂਬਰ ਲਾਈਵ ਆਉਣਾ ਇੰਸਟਾ ਪਰ, ਠੀਕ ਹੈ ਜੀ, 27 ਅਕਤੂਬਰ ਨੂੰ ਵੀ ਆਜੂਗਾ ਜੀ ਮੈਂ ਲਾਈਵ, ਬਿਲਕੁਲ ਤੁਹਾਨੂੰ ਸਾਰਿਆਂ ਨੂੰ ਦੱਸਣ ਲਈ ਕਿ ਗਾਣਾ ਆ ਗਿਆ ਸੁਣ ਲਿਓ, ਕਿਉਂਕਿ ਰੁਝੇਵੇਂ ਬਹੁਤ ਆ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ, ਵਾਰੀ ਵਾਰੀ ਯਾਦ ਕਰਾਉਣਾ ਪੈਂਦਾ ਕਿ ਗਾਣਾ ਆ ਰਿਹਾ ਗਾਣਾ ਆ ਰਿਹਾ, ਹੈ ਨਾ। ਅਤੇ ਅੱਜ ਕੱਲ੍ਹ ਇੱਕ ਵਿਊਜ਼ ਵਾਲਾ ਚੱਕਰ ਚੱਲਿਆ ਹੋਇਆ, ਇਹ ਵੀ ਬਹੁਤ ਖਤਰਨਾਕ ਚੀਜ਼ ਆ ਕਿ ਹਾਂਜੀ ਪਹਿਲੇ ਦਿਨ ਹੀ 1 ਮਿਲੀਅਨ ਵੀ ਹੋ ਗਏ, ਦੂਜੇ ਦਿਨ 1 ਮਿਲੀਅਨ ਵੀ ਹੋ ਗਏ, ਤੀਜੇ ਦਿਨ 1 ਮਿਲੀਅਨ ਵੀ ਹੋ ਗਏ। ਤਾਂ ਪਰ ਮੈਨੂੰ ਤਾਂ ਲੱਗਦਾ ਕਿ ਹੁਣ ਤਾਂ ਤੁਸੀਂ ਸਾਰਿਆਂ ਨੂੰ ਤੁਹਾਨੂੰ ਪਤਾ ਲੱਗ ਗਿਆ ਹੋਣਾ ਨਾ ਯਾਰ ਕਿ ਵਿਊਜ਼ ਵਿਆਜ਼ ਦਾ ਕੋਈ ਚੱਕਰ ਨਹੀਂ ਹੁੰਦਾ ਹੈਗਾ, ਜਿਹੜਾ ਗਾਣਾ ਚੰਗਾ ਉਹਨੂੰ ਤੁਸੀਂ ਸੁਣਦੇ ਹੋ, ਜਿਹੜਾ ਗਾਣਾ ਨਹੀਂ ਚੰਗਾ ਹੁੰਦਾ ਉਹਨੂੰ ਤੁਸੀਂ ਨਹੀਂ ਸੁਣਦੇ, ਹੈ ਨਾ। ਵਿਊਜ਼ ਕਰਕੇ ਮੈਨੂੰ ਲੱਗਦਾ ਕਿ ਕੋਈ ਬੰਦਾ ਗਾਣੇ ਨੂੰ ਨਹੀਂ ਸੁਣਦਾ, ਹੈ ਨਾ ਜੀ। ਚੰਡੀਗੜ੍ਹ ਕਦੋਂ ਆ ਰਹੇ ਹੋ? ਮੈਂ ਚੰਡੀਗੜ੍ਹ ਹੀ ਰਹਿਣਾ ਜੀ, ਮੈਂ ਮੋਹਾਲੀ ਰਹਿਣਾ ਹੁਣ, ਤਾਂ ਚੰਡੀਗੜ੍ਹ ਤਾਂ ਲੋਕਲ ਹੀ ਆ ਹੁਣ। ਸਰ ਯੂਪੀ ਆਓ ਕਭੀ ਪਲੀਜ਼। ਅੱਛਾ, ਤੁਸੀਂ ਸਾਰੇ ਆਪਣੇ ਆਪਣੇ ਸ਼ਹਿਰ ਦਾ ਲਿਖ ਰਹੇ ਹੋ, ਮੈਂ ਇੱਕ ਵਾਰੀ ਕਮੈਂਟ ਕਰਕੇ ਦੱਸੋ ਕਿਹੜੇ ਕਿਹੜੇ ਸ਼ਹਿਰ ਤੋਂ ਤੁਸੀਂ ਹੈਗੇ ਹੋ। ਮੈਂ ਹੁਣ ਅੱਜ ਹੁਣ ਤੁਹਾਨੂੰ ਮੈਂ ਕੁਐਸਚਨ ਪੁੱਛਦਾ, ਤੁਸੀਂ ਕਿਹੜੇ ਕਿਹੜੇ ਸ਼ਹਿਰ ਤੋਂ ਆਪਣੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ ਕਮੈਂਟ ਕਰੋ, ਸਿਰਫ ਆਪਣੇ ਸ਼ਹਿਰ ਦਾ ਨਾਮ, ਤੁਹਾਡਾ ਨਾਮ ਅਤੇ ਸ਼ਹਿਰ ਦਾ ਨਾਮ। ਓਕੇ, ਰੌਣਕ ਮੁੰਬਈ, ਠੀਕ ਹੈ ਜੀ। ਅਨੀਤਾ ਰਾਣੀ ਲੁਧਿਆਣਾ, ਦਿੱਲੀ ਤੋਂ ਰਿਧੀ, ਟੈਕ ਗੁਰੂ ਗੁੜਗਾਓਂ ਤੋਂ, ਸੰਜੂ ਜਲੰਧਰ ਤੋਂ, ਜਲੰਧਰ ਬਾਈ ਮੈਂ ਵੀ ਤੁਹਾਡੇ ਸ਼ਹਿਰ ਆਇਆ ਹੋਇਆ ਜਲੰਧਰ ਵਾਲੇ ਨੂੰ। ਸੋ ਕਰਮਜੀਤ ਕੁਰਾਲੀ ਤੋਂ, ਕੁਰਾਲੀ 'ਚੋਂ ਲੰਘ ਕੇ ਆਇਆ ਜੀ। ਨਵਜੀਤ ਰੀਆ ਡੋਗਰਾ ਹਿਮਾਚਲੀ, ਠੀਕ ਹੈ ਜੀ। ਯਾਮਿਨ ਦਿੱਲੀ ਤੋਂ, ਮੋਗੇ ਤੋਂ ਸੁਖਵਿੰਦਰ, ਦੀਕਸ਼ਾ ਦਿੱਲੀ ਤੋਂ, ਪਾਇਲ ਹੈਦਰਾਬਾਦ ਤੋਂ, ਹਰਿਆਣੇ ਤੋਂ, ਅੰਮ੍ਰਿਤਸਰ ਤੋਂ, ਗਵਾਲੀਅਰ ਤੋਂ, ਗਾਜ਼ੀਆਬਾਦ ਤੋਂ, ਲੁਧਿਆਣੇ ਤੋਂ, ਸੰਗਰੂਰ ਤੋਂ, ਜੰਮੂ ਤੋਂ, ਫਰੀਦਾਬਾਦ ਤੋਂ, ਗੁੜਗਾਓਂ ਤੋਂ, ਜੈਪੁਰ ਤੋਂ, ਚੰਡੀਗੜ੍ਹ ਤੋਂ। ਯਾਰ ਕਿੰਨੀ ਸਹੀ ਚੀਜ਼ ਆ ਨਾ ਇੰਟਰਨੈਟ, ਹੈ ਨਾ, ਕਿੱਥੇ ਕਿੱਥੇ ਆਪਾਂ ਸਾਰੇ ਬੈਠੇ, ਇੰਨੀ ਦੂਰ ਇੱਕ ਦੂਜੇ ਨੂੰ ਕਨੈਕਟ ਕੀਤਾ ਹੋਇਆ। ਮੁੰਬਈ, ਇੰਦੌਰ, ਫਾਜ਼ਿਲਕਾ ਲੰਘ ਗਿਆ ਉੱਪਰ, ਰਾਜਸਥਾਨ, ਫਰੀਦਾਬਾਦ, ਊਨਾ, ਦਿੱਲੀ, ਜਿੰਦ, ਮੋਹਾਲੀ। ਅੱਛਾ ਚਲੋ, ਹੁਣ ਮੈਂ ਤੁਹਾਨੂੰ ਸਾਰਿਆਂ ਨੂੰ, ਤੁਸੀਂ ਸਾਰੇ ਮਿਊਜ਼ਿਕ ਨੂੰ ਇੰਨਾ ਪਿਆਰ ਕਰਦੇ ਹੋ, ਸਾਰੇ ਸਿੰਗਰਾਂ ਨੂੰ, ਸਾਰੇ ਸਾਰਿਆਂ ਦੇ ਗਾਣਿਆਂ ਨੂੰ ਇੰਨਾ ਐਪਰੀਸ਼ੀਏਟ ਕਰਦੇ ਹੋ, ਤੁਹਾਨੂੰ ਹੁਣ ਇੱਕ ਸਵਾਲ ਮੈਂ ਪੁੱਛਣਾ ਕਿ ਤੁਸੀਂ ਸਾਰੇ ਗਾਣੇ ਕਿੱਥੋਂ ਡਾਊਨਲੋਡ ਕਰਦੇ ਹੋ, ਉਹ ਸਾਈਟ ਦਾ ਨਾਮ ਲਿਖੋ। ਮੈਂ ਦੇਖਦਾ ਕਿੰਨੇ ਜਾਣੇ ਤੁਹਾਡੇ 'ਚੋਂ ਆਈਟਿਊਨਸ ਤੋਂ ਗਾਣੇ ਡਾਊਨਲੋਡ ਕਰਦੇ ਆ, ਕਿੰਨੇ ਜਾਣੇ ਵਿੰਕ ਮਿਊਜ਼ਿਕ ਤੋਂ ਜਾਂ ਹੰਗਾਮਾ ਤੋਂ ਪੈਸੇ ਲਾ ਕੇ ਡਾਊਨਲੋਡ ਕਰਦੇ ਆ, ਅਤੇ ਕਿੰਨੇ ਜਾਣੇ ਫ੍ਰੀ ਵੈਬਸਾਈਟ ਤੋਂ ਕਰਦੇ ਆ। ਹਾਲਾਂਕਿ ਤੁਹਾਡੀ ਆਪਣੀ ਮਰਜ਼ੀ ਹੈ, ਤੁਸੀਂ ਕਿਤੋਂ ਵੀ ਕਰ ਸਕਦੇ ਹੋ, ਪਰ ਆਈਟਿਊਨਸ, ਟੈਕ ਗੁਰੂ, ਵੈਰੀ ਗੁੱਡ। MP3 ਮੈਡ, ਜਸ ਅਰੋੜਾ, ਮਿਸਟਰ ਜੱਟ, ਗੀਤ MP3, ਯੂਟਿਊਬ, ਆਈਟਿਊਨਸ, ਗੀਤ MP3, ਯੂਟਿਊਬ, ਸਨੈਪਟਿਊਬ, ਇਹ ਸਨੈਪਟਿਊਬ ਵੀ ਆ ਗਈ ਕੋਈ, ਓਕੇ, ਯੂਟਿਊਬ, ਵਿੰਕ, ਠੀਕ ਹੈ, ਮੈਂ ਵੀ ਵਿੰਕ ਮਿਊਜ਼ਿਕ ਬਹੁਤ ਉੱਤੋਂ ਜ਼ਿਆਦਾ ਸੁਣਦਾ ਗਾਣੇ, ਯੂਟਿਊਬ, ਗੀਤ MP3, ਗੀਤ MP3 ਚੜ੍ਹਾਈ ਹੈ, ਗੀਤ MP3 ਗੋਲਡ ਮੀਡੀਆ ਵਾਲੇ ਹੋ, ਗਾਣਾ, ਆਈਟਿਊਨਸ,
ਵਿੰਕ ਫਰੀ ਆ, ਹਾਂਜੀ ਵਿੰਕ ਫਰੀ ਆ, ਏਅਰਟੈੱਲ ਦੇ ਯੂਜ਼ਰ ਲਈ ਤਾਂ ਬਿਲਕੁਲ ਫਰੀ ਆ। ਪਰ ਜਿਹੜੇ ਜਿਹੜੇ ਵੀ ਇੱਦਾਂ ਦੇ ਜਿਹੜੇ ਡਿਜੀਟਲ ਚੈਨਲ ਆ, ਜਿੱਦਾਂ ਵਿੰਕ ਮਿਊਜ਼ਿਕ ਹੋ ਗਿਆ, ਹੰਗਾਮਾ ਹੋ ਗਿਆ, ਜਾਂ ਹੋਰ ਵੀ ਕਾਫੀ ਸਾਰੇ ਹੈਗੇ ਆ, ਉਹਨਾਂ ਤੋਂ ਜੇ ਤੁਸੀਂ ਮਿਊਜ਼ਿਕ ਸੁਣਦੇ ਹੋ, ਮਤਲਬ ਆਪਣਾ ਤਾਂ ਸਿਰਫ ਡਾਟਾ ਹੀ ਲੱਗਦਾ, ਬਾਕੀ ਤਾਂ ਆਪਾਂ ਨੂੰ ਫਰੀ ਹੁੰਦਾ ਨਾ। ਪਰ ਉਹਦੇ ਨਾਲ ਇਹ ਹੈ ਕਿ ਉਹਦੇ ਨਾਲ ਜਿਹੜੀ ਮਿਊਜ਼ਿਕ ਕੰਪਨੀ ਆ, ਜਿਹੜਾ ਆਰਟਿਸਟ, ਉਹਨੂੰ ਰੋਇਲਟੀ ਜਾਂਦੀ ਆ, ਹੈ ਨਾ। ਤਾਂ ਉਹਦੇ ਨਾਲ ਤੁਸੀਂ ਤਾਂ, ਤੁਹਾਨੂੰ ਤਾਂ ਫਰੀ ਪੈਣਾ, ਉੱਥੇ ਸੁਣ ਲਿਆ ਕਰੋ, ਬੈਟਰ ਆ ਸਾਰਿਆਂ ਲਈ। ਸਾਰਿਆਂ ਨੂੰ ਥੋੜ੍ਹਾ ਬਹੁਤ ਰੈਵਿਨਿਊ ਜਾਊਗਾ ਵਾਪਸ, ਤਾਂ ਫਿਰ ਤੁਹਾਡੇ ਲਈ ਹੋਰ ਵਧੀਆ ਵੀਡੀਓਜ਼, ਹੋਰ ਜ਼ਿਆਦਾ ਵਧੀਆ ਗਾਣੇ ਜਿਹੜੇ ਆਉਣਗੇ, ਹੈ ਨਾ। ਗੂਗਲ ਪਲੇ ਮਿਊਜ਼ਿਕ ਤੋਂ, ਹਾਂਜੀ, ਵੈਰੀ ਗੁੱਡ, ਸਾਵਨ ਤੋਂ, song.pk। ਬੜੀਆਂ ਅਲੱਗ ਅਲੱਗ ਵੈਬਸਾਈਟਾਂ ਅੱਜ ਮੈਨੂੰ ਪੜ੍ਹਨ ਨੂੰ ਮਿਲਿਆ, ਮੈਨੂੰ ਦੋ ਤਿੰਨ ਕਦਾ ਤਾਂ ਪਤਾ ਸੀ। ਮੈਂ ਜਦੋਂ ਆਸਟ੍ਰੇਲੀਆ ਕੈਬ ਚਲਾਉਂਦਾ ਹੁੰਦਾ ਸੀਗਾ, ਐਵੇਂ ਕਹਾਂ, ਮੈਂ ਵੀ ਸੁਣਦਾ ਹੁੰਦਾ ਸੀ, ਮੈਂ ਸੁਣਦਾ ਹੁੰਦਾ ਸੀ djpreet.net, ਇੱਕ ਵੈਬਸਾਈਟ ਹੁੰਦੀ ਸੀ, ਉਹ ਤੋਂ ਡਾਊਨਲੋਡ ਕਰਦਾ ਸੀ, ਸੋਰੀ। ਅਤੇ ਪਰ ਹੁਣ ਤਾਂ ਵਿੰਕ ਮਿਊਜ਼ਿਕ ਤੋਂ ਜਾਂ ਆਈਟਿਊਨਸ ਤੋਂ ਜ਼ਿਆਦਾ ਮੈਂ ਸੁਣਦਾ ਗਾਣਾ, ਸਪੋਟੀਫਾਈ ਗਾਣਾ। ਸਹੀ ਹੈ। ਹੁਣ ਹੋਰ ਕਿਹੜਾ ਕੁਐਸਚਨ ਪੁੱਛਾਂ? ਓਕੇ ਓਕੇ, ਮੇਰੇ ਜਿਹੜੇ ਜਿੰਨੇ ਹੁਣ ਤੱਕ ਗਾਣੇ ਆਏ, ਉਹਨਾਂ ਦੇ ਵਿੱਚੋਂ ਤੁਹਾਡਾ ਪਰਸਨਲ ਫੇਵਰੇਟ ਇੱਕ ਗਾਣੇ ਦਾ ਨਾਮ ਲਿਖ ਕੇ ਦੱਸੋ ਮੈਨੂੰ, ਕਿਹੜਾ ਗਾਣਾ ਤੁਹਾਨੂੰ ਸਭ ਤੋਂ ਵਧੀਆ ਲੱਗਦਾ। ਡੀਜੇ ਪੰਜਾਬ ਹੈ, ਠੀਕ ਹੈ ਜੀ, ਆਈਟਿਊਨਸ ਪਾਕਿਸਤਾਨ। ਅੱਛਾ, ਵਿੱਚ ਹੀ ਮਿਕਸ ਹੋ ਰਹੇ ਨੇ ਹੁਣ ਆਂਸਰ, ਵਿੱਚ ਹੀ ਸ਼ਹਿਰਾਂ ਦੇ ਨਾਮ ਆ ਰਿਹਾ, ਵਿੱਚ ਹੀ ਵੈਬਸਾਈਟਾਂ ਦੇ ਆ ਰਹੇ। ਹੁਣ ਗਾਣੇ ਦਾ ਆਇਆ ਤੇਰੇ ਲਈ, ਵਨ ਡਰੀਮ, ਡਰੀਮ ਬੋਏ, ਤੇਰਾ ਨਾਮ, ਡਰੀਮ ਬੋਏ ਯਾਰੀਆਂ। ਜਸ ਕੌਰ, ਡਰੀਮ ਬੋਏ, ਯਾਰੀਆਂ ਤੇਰੇ ਲਈ, ਯਾਰੀਆਂ ਮੇਰਾ ਬਹੁਤ ਪਰਸਨਲ ਫੇਵਰੇਟ ਗਾਣਾ, ਗਰਲਫ੍ਰੈਂਡ, ਯਾਰੀਆਂ, ਡਰੀਮ ਬੋਏ, ਵਨ ਡਰੀਮ, ਡਰੀਮ, ਵਨ ਡਰੀਮ, ਬਿੱਲੀ ਅੱਖ, ਬਿੱਲੀ ਅੱਖ ਵੀ ਮੈਨੂੰ ਬਹੁਤ ਅੱਛਾ ਲੱਗਦਾ ਖੁਦ ਨੂੰ, ਸਾਰੇ ਸੌਂਗ ਹੀ ਕਿਹਾ ਮੈਂ, ਥੈਂਕ ਯੂ ਬਾਈ, ਮਨ ਖੁਸ਼ ਕਰਤਾ। ਸੋ ਹਰੀ ਕੋਸ਼ਿਸ਼ ਹੁੰਦੀ ਹੈ ਇਹੀ ਹਰ ਵਾਰੀ ਕਿ ਵਧੀਆ ਵਧੀਆ ਗਾਣੇ ਬਣਾਈਏ, ਹੈ ਨਾ। ਅਤੇ ਇਸ ਗਾਣੇ ਬਾਰੇ ਮੈਂ ਤੁਹਾਨੂੰ ਦੱਸਦਾ ਕਿ ਜਦੋਂ ਅਸੀਂ ਵਨ ਡਰੀਮ ਗਾਣਾ ਸ਼ੂਟ ਕਰ ਰਹੇ ਸੀਗੇ, ਅਤੇ ਰਵਿੰਦਰ ਖਹਿਰੇ ਨੇ ਸ਼ੂਟ ਕੀਤਾ ਸੀ, ਪ੍ਰੀਤ ਵੀ ਉਦੋਂ ਉੱਥੇ ਗਿਆ ਹੋਇਆ ਸੀਗਾ, ਪੈਰ ਨੇ ਸ਼ੂਟ ਕੀਤਾ ਸੀ ਨਾਲ, ਅਤੇ ਉਦੋਂ ਮੈਨੂੰ ਇਹ ਗਾਣਾ ਜਿਹੜਾ ਸੁਣਾਇਆ ਸੀਗਾ ਪ੍ਰੀਤ ਹੁੰਦਲ ਨੇ, ਰੋਂਦੀ ਤੇਰੇ ਲਈ। ਪਰ ਉਦੋਂ ਪ੍ਰੀਤ ਦੀ ਆਵਾਜ਼ ਦੇ ਵਿੱਚ ਸੀਗਾ, ਇਹਦੇ ਵਿੱਚ ਰੈਪ ਵੀ ਸੀਗਾ ਬਲਿੰਕ ਸਿੰਘ ਦਾ, ਉਹਨਾਂ ਨੇ ਥੋੜ੍ਹਾ ਹੋਰ ਹਿਸਾਬ ਨਾਲ ਕੰਪੋਜ਼ ਕੀਤਾ ਸੀ, ਪਰ ਮੈਨੂੰ ਉਦੋਂ ਤਾਂ ਗਾਣਾ ਬਹੁਤ ਵਧੀਆ ਲੱਗਿਆ, ਤਾਂ ਮੈਂ ਪ੍ਰੀਤ ਨੂੰ ਕਿਹਾ ਕਿ ਅਰੇ ਗਾਣਾ ਮੈਂ ਕਰਨਾ, ਪਰ ਉਹ ਉਦੋਂ ਕਹਿੰਦਾ ਸੀ ਕਿ ਨਹੀਂ ਭਾਅ ਜੀ, ਮੈਂ ਆਪਣੇ ਲਈ ਲਿਖਿਆ ਅਤੇ ਮੈਂ ਕਰਨਾ ਗਾਣਾ, ਹੈ ਨਾ। ਪਰ ਫਿਰ ਮੈਂ ਉਹਦੇ ਪਿੱਛੇ ਪਿਆ ਰਿਹਾ, ਅਤੇ ਆਮ ਰੀਅਲੀ ਲੱਕੀ ਕਿ ਪ੍ਰੀਤ ਨੇ ਗਾਣਾ ਦੇ ਤਾ ਮੈਨੂੰ ਇਹ। ਸੋ ਥੈਂਕ ਯੂ ਪ੍ਰੀਤ ਹੁੰਦਲ, ਇੰਨਾ ਸੋਹਣਾ ਗਾਣਾ ਮੈਨੂੰ ਦੇਣ ਦੇ ਲਈ। ਅਤੇ ਉਸ ਤੋਂ ਬਾਅਦ ਫਿਰ ਅਸੀਂ ਇਹਦੇ ਅੰਤਰੇ ਜਿਹੜੇ ਦੁਬਾਰਾ ਲਿਖੇ, ਅਤੇ ਇਹਦੀ ਕੰਪੋਜ਼ ਦੁਬਾਰਾ ਕੀਤੀ ਸੀ, ਉਹ ਹੁਣ ਜਿਹੜਾ ਹੈਗਾ ਇੱਕ, ਮਤਲਬ ਬਹੁਤ ਸੋਲਫੁਲ ਇੱਕ ਸੈਡ ਸੌਂਗ ਹੈ ਜਿਹੜਾ, ਉਹ ਬਣ ਗਿਆ, ਹੈ ਨਾ। ਅਤੇ ਮੈਨੂੰ ਬਹੁਤ ਉਮੀਦ ਹੈ ਕਿ ਤੁਹਾਨੂੰ ਸਾਰਿਆਂ ਨੂੰ ਬਹੁਤ ਵਧੀਆ ਲੱਗੂਗਾ ਗਾਣਾ। ਸੋ ਤੁਸੀਂ ਸਾਰੇ ਜਾਣੇ, ਜਦੋਂ ਗਾਣੇ ਦਾ ਟੀਜ਼ਰ ਆਊਗਾ ਅਤੇ ਜਦੋਂ ਗਾਣਾ ਆਊਗਾ, ਸਾਰੇ ਜਾਣੇ ਸ਼ੇਅਰ ਕਰ ਦਿਓ ਜ਼ਰੂਰ। ਅਤੇ ਅੰਬਾਲਾ, ਠੀਕ ਹੈ ਜੀ, ਤੇਰਾ ਨਾਮ, ਹੁਣ ਤਿੰਨੇ ਕੁਐਸਚਨਾਂ ਦੇ ਮਿਕਸ ਹੋ ਗਏ ਨਾ ਆਂਸਰ ਸਾਰਿਆਂ ਦੇ। ਸੋ ਚਲੋ, ਥੈਂਕ ਯੂ ਤੁਹਾਡਾ ਸਾਰਿਆਂ ਦਾ ਕਿ ਤੁਸੀਂ ਆਏ, ਲਾਈਵ ਜਿਹੜਾ ਆਪਣਾ ਸੈਸ਼ਨ ਸੀਗਾ ਅਟੈਂਡ ਕੀਤਾ, ਮੈਨੂੰ ਵੀ ਬੜਾ ਮਜ਼ਾ ਆਇਆ ਤੁਹਾਡੇ ਸਾਰਿਆਂ ਨਾਲ ਗੱਲ ਕਰਕੇ। ਅਤੇ ਮੈਂ ਬਾਅਦ ਵਿੱਚ ਵੀ, ਤੁਸੀਂ ਜਦੋਂ ਕੋਈ ਇਸ ਵੀਡੀਓ ਨੂੰ ਦੇਖੂਗਾ ਤਾਂ ਕਮੈਂਟਾਂ ਜਿਹੜੇ ਜ਼ਰੂਰ ਕਰਦੇ ਰਹੋ, ਮੈਂ ਬਾਅਦ 'ਚੋਂ ਪੜ੍ਹੂੰਗਾ ਵਿਹਲੇ ਟਾਈਮ ਕਿ ਕੀ ਕਿਸੇ ਨੇ ਲਿਖਿਆ। ਕੋਈ ਮੈਸੇਜ ਤੁਸੀਂ ਦੇਣਾ ਚਾਹੁੰਦੇ ਹੋ ਤਾਂ ਮੇਰੇ ਇੰਸਟਾਗ੍ਰਾਮ ਅਤੇ ਸਨੈਪਚੈਟ 'ਤੇ, ਸਨੈਪਚੈਟ ਹੈਗੀ ਹੈ ਮੇਰੀ ਰਾਏ ਬੱਬਲ 9, ਅਤੇ ਇੰਸਟਾਗ੍ਰਾਮ ਹੈਗਾ ਬੱਬਲ ਰਾਏ 9, ਹੈ ਨਾ। ਤਾਂ ਉੱਥੇ ਆਪਾਂ ਗੱਲ ਕਰ ਸਕਦੇ ਹਾਂ, ਤੁਸੀਂ ਮੈਨੂੰ ਭੇਜ ਸਕਦੇ ਹੋ ਤੁਹਾਡਾ ਕੋਈ, ਤੁਸੀਂ ਕੋਈ ਬੈਸਟ ਵਿਸ਼ਿਜ਼ ਦੇਣ ਲਈ, ਕੋਈ ਪੋਸਟਰ ਬਣਾਉਣਾ ਹੋਵੇ, ਕੁਛ ਡਿਜ਼ਾਇਨ ਕਰਕੇ, ਕੋਈ ਪੇਂਟ ਕਰਕੇ ਭੇਜਣਾ ਚਾਹੁੰਦਾ, ਉਹ ਭੇਜ ਸਕਦੇ ਹੋ। ਅਤੇ ਬਾਕੀ ਇੱਕ ਵਾਰੀ ਜਿੰਨੇ ਵੀ ਜਣੇ ਤੁਸੀਂ ਮੈਨੂੰ ਹੁਣ ਲਾਈਵ ਦੇਖ ਰਹੇ ਹੋ, ਆਪਣੇ ਆਪਣੇ ਇੰਸਟਾਗ੍ਰਾਮ ਅਤੇ ਆਪਣੀ ਸਨੈਪਚੈਟ 'ਤੇ ਇੱਕ ਵਾਰੀ ਸਾਰੇ ਜਣੇ ਪੋਸਟਰ ਜ਼ਰੂਰ ਸ਼ੇਅਰ ਕਰ ਦਿਓ, ਰੋਂਦੀ ਤੇਰੇ ਲਈ ਦਾ ਮੇਰੇ ਇੰਸਟਾਗ੍ਰਾਮ ਤੋਂ ਤੁਸੀਂ ਜਿਹੜਾ ਪੋਸਟਰ ਉਹ ਚੱਕ ਸਕਦੇ ਹੋ। ਅਤੇ ਸਟੇ ਟਿਊਨਡ, ਥੋੜ੍ਹੀ ਦੇਰ ਤੱਕ ਅਸੀਂ ਟੀਜ਼ਰ ਪਾਉਣ ਲੱਗੇ ਹਾਂ ਗਾਣੇ ਦਾ, ਅਤੇ ਮੈਨੂੰ ਉਮੀਦ ਆ ਤੁਹਾਨੂੰ ਬਹੁਤ ਵਧੀਆ ਲੱਗੂਗਾ। ਸੋ ਸਤਿ ਸ਼੍ਰੀ ਅਕਾਲ ਜੀ, ਮੇਰੇ ਵੱਲੋਂ ਅਤੇ ਸਪੀਡ ਰੈਕਡ ਦੀ ਸਾਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ।